ਸਰਨਾ ਦਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਲਜੀਤ ਸਿੰਘ ਭੁੱਟਾ ਵੱਲੋਂ ਸਕੂਲ ਦਾ ਦੌਰਾ ਕੀਤਾ ਗਿਆ ਅਤੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੇ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇਸ ਮੌਕੇ ਸਕੂਲ ਦੇ ਬੱਚਿਆਂ ਨੇ ਕਿਹਾ ਕਿ ਉਹਨਾਂ ਦਾ ਸਕੂਲ ਬੰਦ ਹੋ ਗਿਆ, ਹੁਣ ਉਹ ਪੜ੍ਹਾਈ ਲਈ ਕਿੱਥੇ ਜਾਣਗੇ। ਉੱਥੇ ਇਸ ਸਕੂਲ ਦੀ ਅਧਿਆਪਕਾ ਬਲਜਿੰਦਰ ਕੌਰ ਨੇ ਕਿਹਾ ਕਿ ਉਹ ਇਸ ਸਕੂਲ ਵਿੱਚ ਪਿਛਲੇ 3.5 ਸਾਲਾਂ ਤੋਂ ਕੰਮ ਕਰ ਰਹੇ ਹਨ। ਉਹਨਾਂ ਦੇ ਸਕੂਲ ਵਿੱਚ ਪਹਿਲਾਂ 30 ਬੱਚੇ ਹੁੰਦੇ ਸੀ, ਹੁਣ 16 ਹੀ ਬੱਚੇ ਰਹਿ ਗਏ ਹਨ, ਪਰ ਸਕੂਲ ਬੰਦ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਖਰਾਬ ਹੋਵੇਗੀ। ਉਧਰ ਪਿੰਡ ਵਾਸੀ ਨਰਿੰਦਰ ਸਿੰਘ ਦਾ ਕਹਿਣਾ ਕਿ ਸਕੂਲ ਨੂੰ ਪਟਿਆਲਾ ਜ਼ਿਲ੍ਹੇ ਵਿੱਚ ਐਡਜਸਟ ਕਰ ਦਿੱਤਾ ਗਿਆ, ਜਿਸ ਨਾਲ ਬੱਚਿਆਂ ਦੀ ਪੜ੍ਹਾਈ ਉੱਤੇ ਕਾਫੀ ਅਸਰ ਪੈ ਰਿਹਾ। ਮੇਰਾ ਨਾਮ ਜੀ ਬਲਜਿੰਦਰ ਕੌਰ ਆ, ਮੇਰਾ ਪਿੰਡ ਜੀ ਚੋਲਟੀ ਖੇੜੀ ਆ। ਮੈਂ AGS ਵਲੰਟੀਅਰ ਹਾਂ। ਮੈਂ ਇੱਥੇ 3.5 ਸਾਲ ਤੋਂ ਕੰਮ ਕਰ ਰਹੀ ਹਾਂ ਜੀ। ਮੇਰੇ ਬੱਚੇ ਜੀ ਸਾਡੇ ਕੋਲ 16 ਨੇ। ਪਹਿਲਾਂ ਜਦੋਂ ਮੈਂ ਆਈ ਸੀ 30 ਬੱਚੇ ਸੀਗੇ। ਕਾਰਨ ਹੈ ਜੀ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋਊਗੀ। ਸਕੂਲ ਦਾ ਇਹੀ ਕਾਰਨ ਆ ਜੀ, ਅਸੀਂ ਮਤਲਬ ਪਿੰਡ ਦੇ ਲੋਕ ਇਕੱਠੇ ਕਰੇ ਹਾਂ ਵੀ ਬੱਚੇ ਸਾਡੇ ਕੋਲ ਥੋੜ੍ਹਾ ਜਿਹਾ ਇੱਕ ਹੋਰ ਐਡਜਸਟ ਕਰੋ। ਅਸੀਂ ਬੱਚੇ ਅਸੀਂ ਚਾਹੁੰਦੇ ਹਾਂ ਵੀ ਸਾਡਾ ਸਕੂਲ ਬੰਦ ਨਾ ਹੋਵੇ ਜੀ। ਹੁਣ ਸਾਡਾ ਸਰਕਾਰ ਨੇ ਸਕੂਲ ਬੰਦ ਕਰ ਦਿੱਤਾ ਅਤੇ ਸਾਡਾ ਵੀ ਰੁਜ਼ਗਾਰ ਜੀ ਜਾ ਰਿਹਾ। ਅਸੀਂ ਕਹਿ ਰਹੇ ਸਾਡਾ ਸਕੂਲ ਇੱਕੜੇ ਬਣਿਆ ਰਹਿਣਾ ਚਾਹੀਦਾ। ਜਿਹੜਾ ਸਾਡਾ ਨਾਲ ਦਾ ਜ਼ਿਲ੍ਹਾ ਉਹ ਪਟਿਆਲਾ ਪੈਂਦਾ, ਉਹਦੇ ਵਿੱਚ ਨੂੰ ਟ੍ਰਾਂਸਫਰ ਕਰ ਰਹੇ, ਉਹ ਬਿਲਕੁਲ ਨਹੀਂ ਹੋਣਾ ਚਾਹੀਦਾ। ਜਿਹੜਾ ਸਕੂਲ ਦੀ ਬੱਚਿਆਂ ਦੀ ਪੜ੍ਹਾਈ ਦਾ ਮਸਲਾ, ਇੱਕ ਵਾਰ ਸਰਕਾਰ ਕਹਿੰਦੀ ਪੜ੍ਹ ਲਿਖ ਕੇ ਬੱਚਿਆਂ ਨੂੰ ਮਤਲਬ ਵੱਧ ਤੋਂ ਵੱਧ ਪੜ੍ਹਾਈ ਹੋਣੀ ਚਾਹੀਦੀ ਹੈ। ਇੱਕ ਪਾਸੇ ਤਾਂ ਅਸੀਂ ਇਹ ਗੱਲਾਂ ਕਰ ਰਹੇ ਹਾਂ ਵੀ ਜਿਹੜੇ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹ ਸਿੱਖਿਅਤ ਹੋਣੀ ਚਾਹੀਦੀ ਹੈ। ਜੇ ਸਿੱਖਿਅਤ ਹੋਏਗੀ ਤਾਂ ਹੀ ਅਸੀਂ ਜਿਹੜਾ ਅੱਗੇ ਸਾਡਾ ਭਵਿੱਖ ਹੈ ਉਹਨਾਂ ਬੱਚਿਆਂ ਦਾ, ਉਹਨਾਂ ਪਰਿਵਾਰਾਂ ਦਾ ਚੰਗਾ ਹੋ ਸਕਦਾ। ਔਰ ਦੂਜੇ ਪਾਸੇ ਸਰਕਾਰ ਜਿਹੜੇ ਸਕੂਲ ਬੰਦ ਕਰਕੇ, ਮੈਂ ਸਮਝਦਾ ਸਾਡੇ ਜਿਹੜੇ ਆਉਣ ਵਾਲਾ ਭਵਿੱਖ ਹੈ ਉਹਨੂੰ ਮਾੜੇ ਪਾਸੇ ਨੂੰ ਲੈ ਕੇ ਜਾ ਰਹੀ ਹੈ। ਔਰ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ, ਆਉਣ ਵਾਲੇ ਜਿਹੜੇ ਸਾਡੇ ਛੋਟੇ ਛੋਟੇ ਬੱਚੇ ਨੇ, ਉਹਨਾਂ ਦੇ ਭਵਿੱਖ ਦੇ ਉੱਤੇ ਇੱਕ ਬਹੁਤ ਵੱਡਾ ਜਿਹੜਾ ਖਤਰਾ ਉਹ ਮੰਡਲਾ ਰਿਹਾ। ਔਰ ਅਸੀਂ ਇਹ ਮੰਗ ਕਰਦੇ ਹਾਂ ਵੀ ਇਹ ਜਿਹੜੇ ਸਕੂਲ ਨੇ ਜਿਹੜੇ ਬਿਲਕੁਲ ਬੰਦ ਨਹੀਂ ਹੋਣੇ ਚਾਹੀਦੇ। ਔਰ ਅੱਜ ਮੈਂ ਇਸ ਪੰਚਾਇਤ ਦੀ, ਇਸ ਨਗਰ ਦੀ ਇਸ ਗੱਲ ਤੋਂ ਪ੍ਰਸ਼ੰਸਾ ਵੀ ਕਰਦਾ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਅਸੀਂ ਜਿਹੜੇ ਆਪਣੇ ਪਿੰਡ ਦੇ ਇੱਥੇ ਬੱਚੇ ਨੇ ਉਹ 20 ਬੱਚਿਆਂ ਤੋਂ ਵੱਧ ਕਰਕੇ ਆਪਣੇ ਸਕੂਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਇਹ ਲੱਖਾਂ ਰੁਪਏ ਲਗਾ ਕੇ ਜਿਹੜੀਆਂ ਸਕੂਲਾਂ ਦੇ ਵਿੱਚ ਬਿਲਡਿੰਗਾਂ ਬਣੀਆਂ ਹੋਈਆਂ ਨੇ ਉਹ ਬਿਲਡਿੰਗਾਂ ਇਹ ਜੇ ਸਕੂਲ ਬੰਦ ਕਰਨਾ ਖੰਡਰ ਹੋਣਗੀਆਂ ਔਰ ਨਸ਼ਿਆਂ ਦੇ ਅੱਡੇ ਬਣਨਗੇ ਔਰ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਦੇ ਲਈ ਬਹੁਤ ਵੱਡਾ ਖਤਰਾ ਸਾਬਤ ਹੋਣਗੇ। ਸ਼ਰਮਾ ਸਾਹਿਬ, ਜਿੱਥੇ ਸਰਕਾਰ ਨੇ ਸਕੂਲ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ, ਤੋੜ ਰਹੀ 800 ਸਕੂਲ ਨੂੰ, For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.